जिम्मेदार घराने थले के सर जदों की माशाल्लाह गवर्नमेंट आई है एक ट्रैक्टर से दो मझां वेच के बिल तार चुके हैं मजीद हाँ जी मजीद को गुरदा वेचांगे अगला बिल आउंदा ते बंदे आदे बंदे इंजे अफवाह नहीं है तो तुसी आप मतलब कीते है जो भी मतलब ट्रैक्टर मझ वेची ते आप वेची है सर मझ वेची एक ट्रैक्टर वेचिया 260 कमर्शियल वास्ते ठीक है ये जेड़ा जिम्मेदार वाला वड्डा मीटर है मोटर नहीं वड्डी मोटर जी हां ओदा बिल मर गए हैं मुंजी जनाब पिछली बारी मर गई थी पानी नाल ऐतक फिर लाई है जिमीदार नहीं रह सकते नहीं की कर जिमीदार जो नहीं छड़ी हो फिर को बेसी लाग के खाना की दोए जिमीदार का सिस्टम जो जिमीदार की थी वो हुन उल्टा जेड़ा बिजली दा बिल है साडे वट के कटी खोता उस तो बाद जनाब जेड़े जिदे कोई 8 जी ने 10 खाने वाले गवर्नमेंट आंदी जी 5 मान तो उते कणक ना घर रखो वो 100 मान कणक दे दी साल दी जिमीदार दी घर खाण दी है उने बिल अपना 20 कितों पाणा उने डंगरां नूं मंडा नहीं पाणा ਫੁਕਰ ਸਾਹਿਬ ਤੁਸੀਂ ਸਿਆਣੇ ਪਿਆਣੇ ਬੰਦੇ ਹੋ ਤੁਸੀਂ ਦਲੀਆ ਕਰਕੇ ਮੱਝਾਂ ਨੂੰ ਪਾਉਂਦੇ ਰਹੇ ਹੋ ਪਿਆਉਂ ਕੇ ਉਹ ਆਪਣਾ ਕਿੱਥੋਂ ਪਾਉਣਾ ਕਿੱਥੋਂ ਦੁੱਧ ਲੈਣਾ ਇਹ ਹੁਣ ਅਸੀਂ ਲੈ ਲੈਣੀ ਆ ਮੱਝਾਂ ਦਾ ਦੁੱਧ ਪੀ ਪੀ ਕੇ ਇਸ ਉਮਰ ਚ ਲੱਗੇ ਆ ਬਿਲਕੁਲ ਤੇ ਇਹ ਹੁਣ ਲੈ ਲੈਣ ਦੀ ਮੱਝ ਦਾ ਦੁੱਧ ਚੱਲ ਰਿਹਾ ਆਪ ਹੀ ਲੋਕ ਜਿਹੜਾ ਨੈਚੁਰਲ ਤਰੀਕਾ ਉਹ ਛੱਡ ਜਾਣਗੇ ਆਸਤਾ ਆਸਤਾ ਵਕਤ ਦੇ ਨਾਲ ਬਾਅਦ ਵਿੱਚ ਫਿਰ ਉਹੀ ਆ ਜਾਏਗਾ ਮਸ਼ੀਨ ਲੱਗੀ ਹੈ ਇੱਥੋਂ ਦੁੱਧ ਨਿਕਲ ਲਿਆ ਕੈਮੀਕਲ ਹੈ ਖਾਈ ਜਾਓ ਜ਼ਹਿਰ ਹੈ ਅਦਮ ਬਰਦਾਸ਼ਤ ਹੋ ਗਈ ਮਾਸ਼ ਦੀ ਕੋਈ ਗੱਲ ਕਿਹਦੀ ਬਰਦਾਸ਼ਤ ਕਰ ਰਹੀ ਹੈ ਕਿ ਇੱਕ ਹੁੰਦਾ ਨਾ ਕਿ ਮਤਲਬ ਗਵਰਨਮੈਂਟ ਉਸ ਮਤਲਬ ਸਾਡਾ ਕਸੂਰ ਕੀ ਹੈ ਮਤਲਬ ਕਸੂਰ ਕੀ ਸਾਡਾ ਸਾਡਾ ਕੀ ਕਸੂਰ ਹੈ ਜ਼ਿਮੀਦਾਰਾਂ ਦਾ ਕੀ ਕਸੂਰ ਹੈ ਜ਼ਿਮੀਦਾਰ ਤੇ ਬੇਸ਼ੱਕ ਜਿਹੜੇ ਵੀ ਆ ਉਹਨਾਂ ਸੰਗ ਮਾਰੇ ਮੈਂ ਨਾ ਕਿ ਡੀਜ਼ਲ ਲਾਲ ਹਾਂ ਹੁਣ ਜਿਹੜਾ ਚਲੋ ਜੀ 5 ਦਾ ਪੀਟਰ ਚੱਲਦਾ 4 ਇੰਚ ਬੋਰ ਵਾਲਾ ਹਾਂ ਠੀਕ ਉਹ ਸਾਰੀ ਦਿਹਾੜ ਦੇ ਵਿੱਚ ਜਨਾਬ 15 ਲੀਟਰ ਡੀਜ਼ਲ ਪੀਂਦਾ ਠੀਕ ਹੈ 5000 ਰੁਪਈਏ ਦਾ ਡੇਲੀ ਦਾ ਡੀਜ਼ਲ ਪੀ ਕੇ ਅਤੇ 1 ਕਿੱਲਾ ਭਰਦਾ ਸ਼ਾਮ ਨੂੰ ਡੇਲੀ ਦਾ ਠੀਕ ਹੈ ਉਹ ਤੁਸੀਂ 1.5 ਲੱਖ ਰੁਪਈਏ ਦਾ ਮਹੀਨੇ 'ਚ 1 ਕਿੱਲੇ ਵਾਸਤੇ ਡੀਜ਼ਲ ਬਾਲਣਾ ਉਸ ਤੋਂ ਬਾਅਦ ਮੁੰਜੀ ਜਨਾਬ ਚਲੋ ਜੀ 4000 ਨੂੰ ਮਣ ਵੇਖ ਕੇ ਹੀ ਤੋ ਕਿੰਨੀ ਨਿਕਲਣੀ ਤਾਂ ਉਹੀ 50 ਮਣ ਹੈ ਨਾ ਉਹ 2 ਲੱਖ ਦੀ ਨਿਕਲੇਗੀ ਆਪਣਾ 11000 ਰੁਪਈਆ ਲਵਾਈ ਹੈ ਕੱਦੂ ਕਰਾਈ ਜਿਹੜੀ ਉਹ 15000 ਰੁਪਈਆ ਜ਼ਮੀਨ ਦੀ ਤਿਆਰੀ 'ਚ ਲੱਗ ਜਾਂਦਾ ਅੱਜ ਕੱਲ੍ਹ ਮੁੰਜੀ ਝੋਨਾ ਲਾਉਣਾ ਕੋਈ ਸੌਖਾ ਕੰਮ ਨਹੀਂ ਹੈ ਭਾਈ ਜਾਨ DAP ਜਿਹੜੀ ਹੈ ਨਾ ਉਹ 11000 ਰੁਪਈਏ ਅਤੇ DAP ਨਾ ਪਾਓ ਜਨਾਬ ਹੁੰਦੀ ਨਹੀਂ ਝਾੜ ਹੀ ਨਹੀਂ ਹਰ ਇੱਕ ਚੀਜ਼ ਦੇ ਵਾਸਤੇ ਅਸੀਂ ਲੋਕ ਅੰਦਰੋਂ ਹੁਣ ਨਾ ਪਿੱਟਣੇ ਆ ਫਰਿਆਦ ਕਰ ਰਹੇ ਆ ਅੰਦਰੋਂ ਨਾ ਜ਼ਿਮੀਦਾਰ ਰੋਂਦਾ ਪਿਆ ਜ਼ਿਮੀਦਾਰ ਰੋ ਨਹੀਂ ਸਕਦਾ ਇੱਜ਼ਤ ਦੀ ਖਾਤਰ ਲੇਕਿਨ ਅੰਦਰੋਂ ਰੋਂਦਾ ਹਕੀਕਤ ਕਿਹੜੀ ਗੱਲ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਹਿਬ 40-45 ਕਿੱਲੇ ਮਾਲਕ ਜ਼ਿਮੀਦਾਰ ਹੋ ਗਏ ਦੋ ਇੱਦਾਂ ਹੋ ਗਈਆਂ ਨੇ ਜਨਾਬ ਨਵਾਂ ਸੂਟ ਨਹੀਂ ਪਾ ਕੇ ਵੇਖਿਆ ਉਹ ਜ਼ਿਮੀਦਾਰ ਠੀਕ ਹੈ ਤੁਸੀਂ ਅਗਲੇ ਹਾਲਾਤ ਆਪ ਦੇਖ ਲਓ ਉਹ ਕਿਸੇ ਦਾ ਕੋਈ ਨਿਆਣੇ ਚੱਲ ਯਾਰ ਕਿਸੇ ਨੇ ਪੁਲਿਸ 'ਚ ਭਰਤੀ ਕੀਤਾ ਜੀ 50000 ਤਨਖਾਹ ਆ ਗਈ ਉਹ ਜਨਾਬ ਘਰ ਆ ਗਈ ਉਹਨੇ ਸੌਦਾ ਅੱਗੇ ਜਿਹੜੇ ਸੌਦਾ ਜਨਾਬ 10000 ਦਾ ਹੁੰਦਾ ਜੀ ਹੁਣ ਸੌਦਾ ਹੋ ਗਿਆ 50000 ਦਾ ਤਨਖਾਹ ਹੀ ਤਾਂ ਉੱਥੇ ਹੀ ਹੈ ਬਿਲਕੁਲ ਇਹਦੀ ਕੋਈ ਸ਼ੱਕ ਨਹੀਂ ਬਿਲਕੁਲ ਇਸ ਗੱਲ ਠੀਕ ਹੈ ਲੋਕ ਆਪਣੇ ਮੈਂ ਨਾ ਅਸੀਂ ਹੁਣ ਦੇਖ ਰਹੇ ਹਾਂ ਮਤਵਸਤ ਤਬਕਾ ਤਾਂ ਪਿਸ ਗਿਆ ਨਾ ਗਰੀਬ ਆਦਮੀ ਤਾਂ ਭੁੱਖਾ ਮਰ ਗਿਆ ਉਹ ਮਰ ਗਿਆ ਸਫੈਦ ਪੋਸ਼ੀ ਮਰ ਗਿਆ ਸਫੈਦ ਪੋਸ਼ੀ ਮਰ ਗਿਆ ਮੈਂ ਤੁਹਾਨੂੰ ਦੱਸਾਂ 2 ਸਾਲ ਹੋ ਗਏ ਨੇ ਜਨਾਬ ਕੋਠੇ ਖੜੇ ਕੀਤੇ ਨੇ ਕਹਿਣ ਕੁਹਾਨ ਨੂੰ 50 ਕਿੱਲੇ ਦੇ ਜ਼ਿੰਮੇਦਾਰ ਜੀ ਬੱਲੇ 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 ਠੀਕ ਹੈ ਉਹ ਜਨਾਬ ਉਹ ਕੰਧਾਂ ਦੇ ਉੱਤੇ ਸੀਮਟ ਨਹੀਂ ਮੈਂ ਫੇਰ ਸਕਦਾ ਇਹ ਨਾ ਔਰ ਇਹਦੇ ਵਾਸਤੇ ਸਾਡਾ ਗਰੀਬ ਲੋਕਾਂ ਦਾ ਕੀ ਕਸੂਰ ਹੈ ਪਾਲਿਸੀਆਂ ਨੇ ਯਾਰ IMF ਮਤਲਬ ਅਸਾਂ ਬਣਾਈਆਂ ਜ਼ਿੰਮੇਦਾਰਾਂ ਬਣਾਈਆਂ ਸਾਡਾ ਕੀ ਜ਼ਿੰਮੇਦਾਰਾਂ ਤੋਂ ਇਹਨਾਂ ਬਣਾਈਆਂ ਇਹਨਾਂ ਵਾਸਤੇ ਕੀ ਹੈ ਕੁਛ ਵੀ ਨਹੀਂ ਜਿਹੜਾ ਬੰਦਾ ਆਇਆ ਉਹਨੇ ਜਨਾਬ ਕੱਟਿਆ ਜ਼ਿੰਮੇਦਾਰ ਜ਼ਿੰਮੇਦਾਰ ਪਸੀਜ ਗਏ ਗੱਲ ਸਹੀ ਹੈ ਜ਼ਿਮੀਦਾਰਾਂ ਦੀ ਜਿਹੜੀ ਗੱਲ ਹੈ ਨਾ ਅਸਲ 'ਚ ਜ਼ਿਮੀਦਾਰ ਜਿਹੜਾ ਨਾ ਜ਼ਿਮੀਦਾਰ ਪਿਸ ਗਿਆ ਜ਼ਿਮੀਦਾਰ ਨਾ ਬੋਲਣਾ ਨਾ ਚਾਲਣਾ ਉਸ ਨਾ ਮਤਲਬ ਫਸਲ ਮੈਂ ਜ਼ਿਆਦਾ ਲਾ ਲੈਣੀ ਹੈ ਤਾਂ ਵੀ ਉਹਦੀ ਨਹੀਂ ਸਹੀ ਰੇਟ ਨਹੀਂ ਲੱਗਣਾ ਉਹ ਵਿਚਾਰੇ ਨਾਲ ਦਿਲ 'ਚ ਅਤੇ ਆੜਤਲ ਜਿਹੜਾ ਆੜਤਲੀ ਜਿਹੜਾ ਉਹਨੇ ਪੈਸੇ ਸਾਰੇ ਕਮਾਉਣੇ ਜ਼ਿਮੀਦਾਰ ਤਾਂ ਜਿਹੜਾ ਨਾ ਉਹਦੇ ਉੱਤੇ ਕੋਈ ਖਿਆਲ ਹੈ ਹੀ ਨਹੀਂ ਨਾ ਕੋਈ ਗੱਲ ਨਾ ਬਾਤ ਆੜਤੀ ਜੀ ਆੜਤੀ ਪੱਲੇ ਵੀ ਕੱਖ ਲਈ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਬਹੁਤ ਨਵਾਜ਼ਿਸ਼ ਤੁਸੀਂ ਚੈਨਲ ਮੇਰਾ ਵੇਖਦੇ ਹੋ ਸਬਸਕ੍ਰਾਈਬ ਕਰਦੇ ਹੋ
ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਭੈਣਾਂ ਭਰਾਵਾਂ ਦੀਆਂ ਗੱਲਾਂ ਜਿਹੜੀਆਂ ਤੁਹਾਡੇ ਤੱਕ ਪਹੁੰਚਾਵਾਂ। ਇਹ ਜਿਹੜੀ ਅਸੀਂ ਇੱਕ ਦੂਜੇ ਦੀਆਂ ਇੱਕ ਦੂਜੇ ਦੀਆਂ ਗੱਲਾਂ ਨਹੀਂ ਪਹੁੰਚਣ ਦੀਆਂ ਤੇ ਕਿਸੇ ਜਗ੍ਹਾ 'ਤੇ ਪਹੁੰਚਣ ਦੀਆਂ ਨਾ, ਤੇ ਇਹ ਮਿਹਰਬਾਨੀ ਹੋ ਜਾਏਗੀ, ਬੜੀ ਮਿਹਰਬਾਨੀ। ਅਸਲਾਮ ਵਾਲੇ ਕੌਮ।